अमृतसर वल्ला पुलिस ने पॉकेटमार मोबाइल चोर को पकड़ा है। दोषी का नाम राजा बताया गया है। थाना के एसएचओ ने बताया कि दोषी के साथ एक और साथी था जो मौके पर भागने में सफल हुआ। दूसरी ओर दोषी के घर वालों ने पुलिस पर आरोप लगाए हैं कि हमारे बच्चे के साथ नाजायज की गई है। घर वालों ने इंसाफ की मांग की और पुलिस प्रशासन के खिलाफ मुर्दाबाद के नारे लगाए गए। ਅੱਜ ਮੇਰਾ ਛੋਟਾ ਬੇਟਾ ਮੈਂ ਉਹਦੇ ਨਾਲ ਆ ਨਾਮ ਕੀ ਵੀ ਜੀ ਬਲਵਿੰਦਰ ਕੌਰ ਤੇ ਛੋਟਾ ਬੇਟਾ ਉਹਦੇ ਸਿਰ ਤੇ ਆ ਮੈਂ ਉਹ ਮੈਨੂੰ ਸੰਭਾਲਦਾ ਆ ਲੱਤੋਂ ਮੈਂ ਵੱਜੀ ਆਦਮੀ ਮੇਰਾ ਸਿਰ ਤੇ ਨਹੀਂ ਆ ਤੇ ਬੇਟੀ ਵਿਆਹਣ ਵਾਲੀ ਆ ਉਹਦੀ ਮੈਂ ਸ਼ਾਦੀ ਅਗਲੇ ਮਹੀਨੇ ਸ਼ਾਦੀ ਆ ਤੇ ਇਹਨਾਂ ਨੇ ਹੇਰੀ ਫੇਰੀ ਦੇ ਨਾਲ ਉੱਥੇ ਵੀ ਕੁੱਟਿਆ ਆ ਰੇਕ ਦੇ ਨਾਲ ਬੰਨ ਕੇ ਰੱਸਿਆਂ ਦੇ ਨਾਲ ਤੇ ਇਹਨਾਂ ਨੇ ਉਦੋਂ ਬਾਅਦ ਮੁੜ ਕੇ ਪੁਲਿਸ ਵਾਲੇ ਨੇ ਫੜਾ ਤਾ ਉਹ ਵੀ ਸਾਰਾ ਦਿਨ ਹੀ ਕੁੱਟਦੇ ਰਹੇ ਤੇ ਇਹਨਾਂ ਨੇ ਸਾਨੂੰ ਖਬਰ ਨਹੀਂ ਦਿੱਤੀ ਪਤਾ ਨਹੀਂ ਲੱਗਾ ਵੀ ਲੜਾਈ ਹੋਈ ਕਾਦੀ ਗੱਲੋਂ ਜਾਂ ਘਰੋਂ ਕੰਮ ਤੇ ਗਿਆ ਜੋ ਇਹਨਾਂ ਨੇ ਜੋ ਪਤਾ ਵੀ ਉਹਦਾ ਨਾਂ ਲੱਗਣ ਡਿਆ ਪਿਆ ਜੋ ਤੇ ਉਹਦੇ ਕੋਲ ਨਿਕਲਿਆ ਕੱਖ ਨਹੀਂ ਸਾਰਾ ਨਾਂ ਲੱਗਦਾ ਪਿਆ ਸੀ ਉਹਦਾ ਕਦੀ ਆਂਦੇ ਵਿੱਚ ਚੋਰੀ ਕੀਤੀ ਕਦੀ ਆਂਦੇ ਮੋਬਾਈਲ ਚੁੱਕਿਆ ਇਸ ਇਹ ਕੰਮ ਦੇ ਵਿੱਚ ਫਸ ਗਿਆ ਬੱਲੇ ਮੰਡੀ ਕਿੰਨੇ ਚਿਰ ਤੋਂ ਉਹ ਕੰਮ ਕਰਦਾ ਪਿਆ ਕਾਫੀ ਚਿਰ ਦਾ ਕਰਦੇ ਆ ਸਾਰੇ ਮੱਲੇ ਦੇ ਜਾਂਦੇ ਜੇ ਸਾਡੇ ਉਹਨਾਂ ਦੇ ਨਾਲ ਹੀ ਜਾਂਦਾ ਬਾਕੀ ਇਹ ਵੀ ਉਹਨਾਂ ਨੇ ਕੁਛ ਨਹੀਂ ਕਿਹਾ ਵੀ ਉਹ ਆਂਦੇ ਵੀ ਤੁਸੀਂ ਨਾਂ ਪਰਚਾ ਕਰੋ ਇਹਨਾਂ ਨੇ ਬਹੁਤ ਵਧੀਆ ਇਹਨਾਂ ਨੇ ਥਾਣੇਦਾਰ ਨੇ ਪਰਚਾ ਕਰ ਦਿੱਤਾ ਹੁਣ ਪੁਲਿਸ ਕੋਲ ਉਹ ਗਏ ਉਹ ਕੀ ਕਿਹਾ ਪੁਲਿਸ ਵਾਲਿਆਂ ਨੇ ਤੁਹਾਨੂੰ ਪੁਲਿਸ ਵਾਲੇ ਕੋਲ ਜੇ ਨਹੀਂ ਗਏ ਬੇਟੇ ਗਏ ਆ ਵੱਡੇ ਇਹ ਆਪਣੇ ਅੱਡ ਬਾਹਰ ਇਹ ਨੱਠ ਭੱਜ ਕਰਨ ਦੇ ਮੈਂ ਨਹੀਂ ਤੁਰਨ ਜੋਗੀ ਮੈਂ ਮੰਜੇ ਤੇ ਬੈਠੀ ਰਹਿਣੀ ਆ ਤੇ ਮੈਨੂੰ ਮਿਲ ਕੇ ਆਏ ਸੀ ਤੁਸੀਂ ਨਹੀਂ ਮੈਂ ਇਹਨਾਂ ਨੇ ਮੈਨੂੰ ਕੱਲਿਆ ਨਹੀਂ ਵੀ ਤੇਰੇ ਕੋਲ ਜਰਿਆ ਨਹੀਂ ਜਾਣਾ ਤੁਹਾਡਾ ਮੁੰਡਾ ਗਏ ਦੂਸਰੇ ਹਾਂਜੀ ਹਾਂਜੀ ਗਏ ਆ ਸਭ ਗਏ ਪ੍ਰਧਾਨ ਸਾਹਿਬ ਗਏ ਸਾਰੇ ਗਏ ਕੀ ਮੰਗ ਕਰਦੇ ਹੋ ਮੰਗੇ ਆ ਵੀ ਇਹਨਾਂ ਪਰਚਾ ਨਾ ਇਹਦੇ ਤੇ ਹੋਵੇ ਮੈਂ ਉਹਦੇ ਸਿਰ ਤੇ ਆ ਤੇ ਉਹ ਮੈਨੂੰ ਸੰਭਾਲਦਾ ਮੈਂ ਲੱਤੋਂ ਵੱਜੀ ਮੈਂ ਬੈਠੀ ਮੰਜੇ ਦੇ ਤੇ ਆਦਮੀ ਮੇਰਾ ਘਰ ਨਹੀਂ ਹੈਗਾ ਉਹ ਮਰ ਗਿਆ ਦੁਨੀਆ ਦੇ ਉੱਤੇ ਤੇ ਬੇਟੀ ਮੇਰੀ ਵਿਆਹਣ ਵਾਲੀ ਉਹਦੀ ਸ਼ਾਦੀ ਅਗਲੇ ਮਹੀਨੇ ਸ਼ਾਦੀ ਆ ਤੇ ਬੇਟਾ ਵੀ ਕੁਵਾਰਾ ਹੈ ਤੇ ਉਹ ਮੈਨੂੰ ਸੰਭਾਲਦਾ ਦੂਜੇ ਵੱਖੋ ਵਾਕਿਆ ਉਹ ਮੈਨੂੰ ਨਹੀਂ ਸੰਭਾਲਦੇ ਪੁੱਛਦੇ ਅੱਗੇ ਅੱਛੇ ਦੀ ਅੱਜ ਕੱਲ੍ਹ ਬੇਟੇ ਨਹੀਂ ਪੁੱਛਦੇ ਵੀ ਜੋ ਆਪਣੇ ਘਰਾਂ ਬਾਹਰਾਂ ਵਾਲੇ ਹੋ ਜਾਣ ਆਪੋ ਆਪਣਾ ਸੋਚਦੇ ਆ ਤੇ ਆਹ ਮੇਰੀ ਫਰਮਾਇਸ਼ ਜੋ ਵੀ ਉਹਦੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਹਾਂਜੀ ਸਰ ਮੇਰਾ ਨਾਂ ਰਾਜਨ ਹੈ ਪਿੰਡ ਬੱਲੇ ਤੋਂ ਕੀ ਗੱਲਬਾਤ ਹੋਈ ਗੱਲਬਾਤ ਹੋਈ ਹੈ ਸਰ ਵੀ ਕੱਲ੍ਹ ਸਾਡਾ ਮੁੰਡਾ ਮੰਡੀ ਗਿਆ ਸੀ ਕੰਮ ਕਰਨ ਲਈ ਸਬਜ਼ੀ ਮੰਡੀ ਅਤੇ ਉੱਥੇ ਮਾੜਾ ਮੋਟਾ ਲੜਾਈ ਝਗੜਾ ਆਇਆ ਸੀ ਠੀਕ ਆ ਉੱਥੇ ਪਹਿਲਾਂ ਇਹਨਾਂ ਨੇ ਬੰਦਾ ਲੈ ਕੇ ਆਏ ਮੁਲਾਜ਼ਮ ਠੀਕ ਆ ਇਹਨਾਂ ਨੇ ਝੂਠਾ ਫੋਨ ਦਾ ਨਾਂ ਲਾਇਆ ਪਰਸ ਦਾ ਨਾਂ ਲਾਇਆ ਠੀਕ ਆ ਇਹਨਾਂ ਨੇ ਪਹਿਲਾਂ ਉੱਥੇ ਕੁੱਟਿਆ ਬਾਅਦ ਇੱਥੇ ਆ ਕੇ ਇਹਨਾਂ ਨੇ ਪੁਲਿਸ ਨੇ ਕੁੱਟਿਆ ਬਹੁਤ ਜ਼ਿਆਦਾ ਠੀਕ ਆ ਉਹ ਬੰਦੇ ਕੋਲ ਕੁਛ ਨਹੀਂ ਆ ਨਜਾਇਜ਼ ਇਹਨਾਂ ਨੇ ਪਰਚਾ ਕੀਤਾ ਵਾ ਉਹਦੇ 'ਤੇ ਠੀਕ ਆ ਸੰਜੀਵ ਕੁਮਾਰ ਨੇ ਐਸ ਐਚ ਓ ਸੰਜੀਵ ਕੁਮਾਰ ਹਾਂਜੀ ਪਰਚਾ ਕਰਦਾ ਕੀਤਾ ਉਹਨੇ ਖੋਦਾ ਕੀਤਾ ਜੀ ਪਰਚਾ ਲੜਾਈ ਕੋਈ ਨਹੀਂ ਉੱਥੇ ਮੰਡੀ ਮਾੜੀ ਮੋਟੀ ਗੱਲ ਹੋ ਗਈ ਹੋਗੀ ਇਹਨਾਂ ਦੀ ਕੋਈ ਏਡੀ ਕੋਈ ਲੰਬੀ ਚੋੜੀ ਗੱਲ ਨਹੀਂ ਸੀ ਫਿਰ ਦੂਜੀ ਪਾਰਟੀ ਨੇ ਇਹ ਗੱਲ ਕਹੀ ਆ ਵੀ ਅਸੀਂ ਕੋਈ ਇਹ ਮੁੰਡੇ 'ਤੇ ਪਰਚਾ ਨਹੀਂ ਤਾਂ ਬੱਚਾ ਹੈਗਾ ਕੱਲ੍ਹ ਦਾ ਠੀਕ ਆ ਬਸ 19-22 ਸਾਲ ਉਮਰ ਹੋ ਗਈ ਉਹਦੀ ਕੋਈ ਯਾਦ ਹੀ ਨਹੀਂ ਆ ਅਤੇ ਉਹਨਾਂ ਨੇ ਇਹ ਗੱਲ ਕੀਤੀ ਵੀ ਚਲੋ ਬਖਸ਼ ਤੋਂ ਬੱਚਾ ਹੈਗਾ ਵੀ ਕੁੱਟਿਆ ਬੜਾ ਵਾ ਤੁਸੀਂ ਵੀ ਬਹੁਤ ਕੁੱਟਿਆ ਵਾ ਅਤੇ ਪੁਲਿਸ ਨੇ ਘੱਟ ਤੋਂ ਘੱਟ ਨਹੀਂ ਭਾਅ ਜੀ 9 ਵਜੇ ਤੋਂ ਲੈ ਕੇ 2 ਵਜੇ ਤੱਕ ਕੁੱਟਿਆ ਉਹਨੂੰ ਅਤੇ ਮੁੰਡੇ ਨੂੰ ਇਹੋ ਜਿਹਾ ਕੁੱਟਿਆ ਵੀ ਮੁੰਡਾ ਝੂਠ ਸੱਚ ਤਾਂ ਫਿਰ ਬੰਦੇ ਬੋਲਣਾ ਹੀ ਕੁੱਟ ਤੋਂ ਡਰਦੇ ਨੇ ਇਹ ਭਾਅ ਜੀ ਕੱਲ੍ਹ ਦੀ ਗੱਲ ਆ ਕੱਲ੍ਹ 8 ਵਜੇ ਦੀ ਗੱਲ ਆ ਜੀ ਮੁੰਡੇ ਦਾ ਨਾਂ ਰਾਜਾ ਉਹਦਾ ਕੰਮ ਮੰਡੀ ਕਰਦਾ ਹਾਂਜੀ ਹਾਂਜੀ ਮੰਡੀ ਕਰਦਾ ਜੀ ਦਾਣਾ ਮੰਡੀ ਕਾਹਦਾ ਕੰਮ ਕਰਦਾ ਆਪਣੀ ਸਬਜ਼ੀ ਮੰਡੀ ਵੱਲਾ ਮੰਡੀ ਕਾਹਦਾ ਕੰਮ ਕਰਦਾ ਆ ਦਿਹਾੜੀ ਤਾਂ ਪਾਈ ਕਰਦਾ ਸੀ ਪੱਕਾ ਕਿਸੇ ਨਾਲ ਨਹੀਂ ਲੱਗਾ ਨਹੀਂ ਨਹੀਂ ਪੱਕਾ ਕਿਸੇ ਨਾਲ ਨਹੀਂ ਜੋ ਲੱਗਾ ਠੀਕ ਹੈ ਉਸ ਤੋਂ ਬਾਅਦ ਅਸੀਂ ਆਪਾਂ ਗਾੜੀ ਰਿਕੁਐਸਟ ਕੀਤੀ ਜਾ ਕੇ ਉਹਨੇ ਇਹ ਕਿਹਾ ਵੀ ਸਰ ਬੇਨਤੀ ਹੈ ਤੁਹਾਡੇ ਗਾੜੀ ਵੀ ਬੰਦੇ ਨੂੰ ਚਲੋ ਛੱਡ ਦਿਓ ਇੱਕ ਵਾਰੀ ਮੌਕਾ ਦੇ ਦਿਓ ਬੱਚਾ ਵਾ ਜੇ ਕੱਲ੍ਹ ਅੱਗੇ ਚੱਲ ਗਿਆ ਤਾਂ ਇਹ ਬਹੁਤ ਲੰਬੀ ਕਹਾਣੀ ਪੈ ਜਾਣੀ ਆ ਠੀਕ ਆ ਉਸ ਤੋਂ ਬਾਅਦ ਕਹਿੰਦਾ ਵਾ ਵੀ ਮੈਨੂੰ ਮੋਦੀ ਦਾ ਅਤੇ ਕੈਪਟਨ ਦਾ ਫੋਨ ਕਰਾਓ ਅਤੇ ਭਾਅ ਜੀ ਸਾਡੀ ਔਕਾਤ ਹੈਗੀ ਆ ਵੀ ਇਹ ਮੋਦੀ ਦਾ ਅਤੇ ਕੈਪਟਨ ਦਾ ਫੋਨ ਕਰਾ ਦਈਏ ਇਹ ਸੰਜੀਵ ਕੁਮਾਰ ਨੇ ਐਸ ਐਚ ਓ ਨੇ ਅਤੇ ਉਸ ਤੋਂ ਬਾਅਦ ਸਾਨੂੰ ਇਹਨੇ ਟਾਈਮ ਦਿੱਤਾ ਵਾ ਪਹਿਲਾਂ ਇਹਨਾਂ ਡਿਊਟੀ ਦੇ ਟਾਈਮ 'ਤੇ ਆਉਂਦਾ ਵਾ ਅਸੀਂ 9 ਵਜੇ ਤੋਂ ਉਡੀਕਣ ਲੱਗੇ 2:30 ਵਜੇ 2:30 ਵਜੇ ਤੋਂ ਬਾਅਦ ਇਹਨੇ ਫਿਰ ਕਹਿਤਾ ਵੀ ਭਾਅ ਜੀ 6 ਵਜੇ ਆਇਓ ਠੀਕ ਆ ਉਸ ਤੋਂ ਬਾਅਦ 6 ਵਜੇ ਗਏ ਆ ਅਤੇ ਕਹਿੰਦਾ ਕੰਮ ਦੱਸੋ ਭਾਅ ਜੀ ਇਹ ਕੰਮ ਅਸੀਂ ਨੂੰ ਇਹ ਦੱਸਿਆ ਵੀ ਭਾਅ ਜੀ ਮੁੰਡੇ ਨੂੰ ਬਖਸ਼ ਦਿਓ ਪਾਰਟੀ ਦੂਜੀ 'ਤੇ ਪਰਚਾ ਕਰਾ ਕੇ ਖੁਸ਼ ਨਹੀਂ ਆ ਉਹ ਪਾਰਟੀ ਚੱਲ ਗਈ ਉਹ ਸ਼ਿਮਲੇ ਚੱਲ ਗਈ ਭਾਅ ਜੀ ਸਾਡੇ ਕੋਲ ਐਣੀ 'ਚ ਜਾਣਾ ਅਤੇ ਪਰਚਾ ਨਾ ਕਰੋ ਬੱਚੇ 'ਤੇ ਜਾਂ ਤੋਂ ਬਖਸ਼ ਦਿਓ ਠੀਕ ਆ ਉਹਨੇ ਕੋਈ ਨਹੀਂ ਸੁਣੀ ਉਹਨੇ ਭਾਅ ਜੀ ਉਸ ਤੋਂ ਬਾਅਦ ਫਿਰ ਕੁੱਟਿਆ ਉਹਨੂੰ ਇਹ ਡਰਾਮੇ ਖੇਡਦਾ ਰਹਿੰਦਾ ਹਰੇਕ ਦੇ ਨਾਲ ਮੰਗ ਇਹੀ ਕਰਦੇ ਆ ਵੀ ਸਾਡਾ ਬੰਦਾ ਛੱਡਿਆ ਜਾਵੇ ਇਹ ਨਜਾਇਜ਼ ਪਰਚਾ ਕੀਤਾ ਵਾ ਅਤੇ ਇੱਥੇ ਕਾਰਵਾਈ ਕੀਤੀ ਜਾਵੇ
ਸਾਡੇ ਏਸ ਆਈ ਓਮਕਾਰ ਸਿੰਘ ਥਾਣਾ ਵਾਲਾ ਲੱਗਾ ਹੋਏ ਨੇ ਉਹਨਾਂ ਨੂੰ ਸਰਦਾਰ ਗੁਰਲਾਲ ਸਿੰਘ ਪੁੱਤਰ ਮਦਨ ਸਿੰਘ ਨੇ ਆਪਣਾ ਇੱਕ ਬਿਆਨ ਰਿਕਾਰਡ ਕਰਾਇਆ ਕਿ ਮੈਂ ਬਤੌਰ ਟਰੱਕ ਡਰਾਈਵਰ ਕੰਮ ਕਰਦਾ ਹਾਂ ਅਤੇ ਕੱਲ੍ਹ ਉਹ ਆਪਣਾ ਟਰੱਕ ਲੈ ਕੇ ਸਬਜ਼ੀ ਮੰਡੀ ਆਇਆ ਸੀ ਅਤੇ ਸਮਾਨ ਅਨਲੋਡ ਕਰਾਉਣ ਤੋਂ ਬਾਅਦ ਉਹ ਚਾਹ ਪੀਣ ਜਾ ਰਿਹਾ ਸੀ ਉੱਥੇ ਚਾਹ ਪੀਣ ਤੋਂ ਬਾਅਦ ਜੋ ਪੈਸੇ ਦੇਣ ਲੱਗਾ ਅਤੇ ਆਪਣੇ ਕੁਰਤੇ ਦੀ ਜੇਬ 'ਚੋਂ ਉਹਨੇ ਪਰਸ ਕੱਢਿਆ ਅਤੇ ਦੋ ਬੰਦੇ ਕਾਲੀ ਕਾਲੀ ਆਏ ਜਿਨ੍ਹਾਂ ਦੇ ਹੱਥੋਂ ਪਰਸ ਖੋ ਕੇ ਭੱਜ ਗਏ ਜੋ ਉਹਨੇ ਸਾਥੀ ਕਰਮਚਾਰੀ ਉੱਥੇ ਦੇ ਮੁਲਾਜ਼ਮ ਸੀਗੇ ਜਾਂ ਦੂਜੀ ਪਬਲਿਕ ਸੀਗੀ ਜੀ ਉਹਨਾਂ ਦੀ ਮਦਦ ਨਾਲ ਉਹਨੂੰ ਕਾਬੂ ਕਰ ਲਿਆ ਅਤੇ ਦੂਜਾ ਬੰਦਾ ਭੱਜੇ 'ਚ ਕੰਮ ਚੱਲ ਗਿਆ ਜਿਹੜਾ ਕਾਬੂ ਕੀਤਾ ਉਹਨੂੰ ਜਦੋਂ ਦਾ ਨਾਂ ਪੁੱਛਿਆ ਉਹ ਆਪਣਾ ਨਾਂ ਰਾਜਾ ਦੱਸਿਆ ਅਤੇ ਭੱਜਣ ਵਾਲੇ ਦਾ ਨਾਂ ਸਾਜਨ ਦੱਸਿਆ ਜੋ ਗੁਰਲਾਲ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਅਰੈਸਟ ਕਰਕੇ ਪਰਸ ਅਤੇ ਖੋਏ ਜਿਹੜੇ 'ਚ ਪੈਸੇ ਸੀ ਉਹ ਬਰਾਮਦ ਕਰ ਦਿੱਤੇ ਗਏ ਨੇ ਅਤੇ ਇਨਵੈਸਟੀਗੇਸ਼ਨ ਜਾਰੀ ਹੈ ਪਰਸ ਦੇ ਵਿੱਚੋਂ ਪੈਸੇ ਬਰਾਮਦ ਹੋਏ ਨੇ ਹੋਰ ਜਿਹੜਾ ਮਟੀਰੀਅਲ ਸੀਗਾ ਹੋਰ ਨਾਲ ਉਹ ਰਿਕਵਰ ਹੋ ਗਿਆ ਨਹੀਂ ਪਹਿਲਾਂ ਮੁਕੱਦਮਾ ਦੇ ਨਹੀਂ ਦਰਜ ਹੈਗਾ ਲੇਕਿਨ ਇਹਨੇ ਪੁੱਛ ਕੇ ਜਿਹੜਾ ਦੱਸਿਆ ਹੈ ਕਿ ਇਹ ਪਹਿਲਾਂ ਵੀ ਮੋਬਾਈਲ ਮੋਬੂਲ ਖੋਹ ਲਿਆ ਨੇ ਚੋਰੀ ਕਰ ਲੈਣੇ ਸਾਜਨ ਦੇ ਨਾਲ ਹੀ ਕਰਦਾ ਰਿਹਾ ਅਤੇ ਸਾਜਨ ਨਹੀਂ ਇਹਦਾ ਗੁਰੂ ਹੈ ਸਾਜਨ ਨੇ ਹੀ ਇਹਨੂੰ ਸਾਰਾ ਕੁਛ ਸਿਖਾਇਆ ਹੈ ਉਹਦੇ ਤੋਂ ਨਾਲ ਇਹ ਕੰਮ ਚਾਲੂ ਕੀਤਾ ਹੈ ਪਰਿਵਾਰ ਵਾਲਿਆਂ ਨੂੰ ਕਹਿਣਾ ਕਿ ਧੱਕਾ ਕੀਤਾ ਜਾ ਰਿਹਾ ਦੇਖੋ ਵੀਰ ਜੀ ਮਦਈ ਜਿੰਦਾ ਹੈ ਜਿਹਨੇ ਸਟੇਟਮੈਂਟ ਲਿਖਾਈ ਹੈ ਉਹਦੀ ਸਟੇਟਮੈਂਟ 'ਤੇ ਪਰਚਾ ਦਰਜ ਹੋਇਆ ਉਹਨੇ ਬਿਆਨ ਲਿਖਾਏ ਸਾਈਨ ਕੀਤੇ ਅਤੇ ਪੁਲਿਸ 'ਤੇ ਪਰਚਾ ਦਰਜ ਕੀਤਾ ਠੀਕ ਹੈ ਜੀ ਪੁਲਿਸ ਨੇ ਤਾਂ ਆਪਣੀ ਵੱਲੋਂ ਪਰਚਾ ਦਰਜ ਨਹੀਂ ਕੀਤਾ ਅਤੇ ਕਦੀ ਵੀ ਦੋਸ਼ੀ ਨੇ ਜਾਂ ਉਹਦੇ ਪਰਿਵਾਰ ਨੇ ਕਿਹਾ ਨਹੀਂ ਮੇਰਾ ਦੋਸ਼ ਹੈਗਾ ਮੈਂ ਦੋਸ਼ੀ ਇੱਥੇ ਹੈ ਲੈ ਆਓ ਨਾ ਤੁਸੀਂ ਉਹਨੂੰ ਪੁੱਛੋ ਵੀ ਕਿੰਨੇ ਮੋਬਾਈਲ ਅੱਗੇ ਖੋਹ ਚੋਰੀ ਕੀਤੇ ਨੇ ਕੌਣ ਕੌਣ ਤੇਰੇ ਨਾਲ ਵੇਚਦਾ ਰਿਹਾ ਕਿੱਥੇ ਕਿੱਥੇ ਵੇਚੇ ਨੇ ਤੁਹਾਨੂੰ ਦੱਸ ਦੇਵੇਗਾ ਇੱਕ ਪਹਿਲੀ ਘਟਨਾ ਥੋੜ੍ਹਾ ਫੜਿਆ ਜਿਹਨੂੰ ਪਹਿਲੀ ਵਾਰੀ ਗਿਆ ਫੜਿਆ ਪਹਿਲੀ ਵਾਰੀ ਗਿਆ ਆਹ ਹੁਣ ਤੁਸੀਂ ਪਿੱਛੇ ਜੇ ਸੀ ਆਈ ਜੀ ਨੇ ਗਰੁੱਪ ਫੜਿਆ ਉਹਨਾਂ 26-27 ਵਾਰਦਾਤਾਂ ਕੀਤੀਆਂ ਸੀਗੀਆਂ ਅਤੇ 26-27 ਕਰੇ ਜਾਣ ਤੋਂ ਬਾਅਦ ਫੜੇ ਗਏ ਅਤੇ ਉਹ 26-27 ਦੇ ਵਾਰਦਾਤਾਂ ਜ਼ਿੰਮੇਵਾਰ ਨੇ ਇਹਨੇ ਵੀ ਪਹਿਲਾਂ 5-6 ਮੋਬਾਈਲਾਂ ਨੂੰ ਜਾਂ ਚੀਜ਼ਾਂ ਨੂੰ ਹੱਥ ਫੇਰਿਆ ਹੋਇਆ ਅਤੇ ਉਹ ਅਸੀਂ ਬਰਾਮਦ ਕਰ ਰਹੇ ਹਾਂ ਕਿਹੜੀ ਧਾਰਾ ਲਗਾਈ ਗਈ 389 ਵੀ